ਖਬਰ ਮਨਪ੍ਰੀਤ ਸਿੰਘ ਬਾਦਲ ਹੁਣਾ ਦੇ ਨਾਲ ਜੁੜੀ ਹੋਈ ਹੈ ਸਾਬਕਾ ਵਿੱਤ ਮੰਤਰੀ ਨੇ ਉਹਨਾਂ ਦੇ ਨਾਲ ਜੁੜੀ ਵੱਡੀ ਖਬਰ ਹੈ ਬੀਜੇਪੀ ਆਗੂ ਨੇ ਉਹਨਾਂ ਦੇ ਉੱਪਰ ਐਫ ਆਈ ਆਰ ਦਰਜ ਕਰ ਦਿੱਤੀ ਗਈ ਹੈ ਵੱਡਾ ਝਟਕਾ ਲੱਗਾ ਹੈ ਵਿਜੀਲੈਂਸ ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਮਨਪ੍ਰੀਤ ਬਾਦਲ ਖਿਲਾਫ ਤੇ 6 ਹੋਰ ਲੋਕਾਂ ਸਮੇਤ ਗ੍ਰਿਫਤਾਰੀ ਵੀ ਕੀਤੀ ਗਈ ਹੈ ਔਰ ਐਫ ਆਈ ਆਰ ਵੀ ਦਰਜ ਕਰ ਦਿੱਤੀ ਗਈ ਹੈ ਤਿੰਨ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਤਿੰਨ ਲੋਕਾਂ ਤੇ ਹੀ ਐਫਆਈਆਰ ਦਰਜ ਹੋ ਚੁੱਕੀ ਹੈ ਤਸਵੀਰਾਂ ਵੀ ਤੁਹਾਡੇ ਨਾਲ ਸਾਂਝੀਆਂ ਕਰਾਂਗੇ ਬਠਿੰਡਾ ਦੇ ਵਿੱਚ ਇਹ ਸਾਰੀ ਜਿਹੜੀ ਹੈ ਉਹ ਘਟਨਾ ਵਾਪਰੀ ਹੈ ਵਿਜੀਲੈਂਸ ਦੀ ਵੱਡੀ ਕਾਰਵਾਈ ਦੇਖਣ ਨੂੰ ਮਿਲੀ ਆ ਵਿਜੀਲੈਂਸ ਨੇ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਸਾਬਕਾ ਵਿੱਤ ਮੰਤਰੀ ਖਜ਼ਾਨਾ ਮੰਤਰੀ ਰਹਿ ਚੁੱਕੇ ਨੇ ਮਨਪ੍ਰੀਤ ਸਿੰਘ ਬਾਦਲ ਹੁਣਾਂ ਤੇ ਵੀ ਐਫਆਈਆਰ ਦਰਜ ਕਰ ਦਿੱਤੀ ਗਈ ਹੈ ਨਾਲ ਹੀ 6 ਹੋਰ ਲੋਕਾਂ ਤੇ ਕੀਤੀ ਗਈ ਹੈ ਜਿਸ ਦੇ ਵਿੱਚੋਂ ਤਿੰਨ ਲੋਕਾਂ ਦੀ ਗ੍ਰਿਫਤਾਰੀ ਹੋ ਚੁੱਕੀ ਹੈ ਦਰਅਸਲ ਮਾਮਲਾ ਕੀ ਹੈ ਪੂਰਾ ਮਾਮਲਾ ਤੁਹਾਨੂੰ ਵਿਸਤਾਰ ਦੇ ਨਾਲ ਦੱਸਦੇ ਆ ਇੱਕ ਪਲਾਟ ਦੀ ਖਰੀਦੋ-ਫਰੋਖਤ ਦਾ ਮਾਮਲਾ ਹੈ ਮਾਡਲ ਟਾਊਨ ਦੇ ਵਿੱਚ ਬਠਿੰਡਾ ਦੇ ਵਿੱਚ ਇੱਕ ਪਲਾਟ ਦਾ ਮਸਲਾ ਸਾਹਮਣੇ ਆਇਆ ਹੈ ਜਿਸ ਪਲਾਟ ਦੀ ਬੋਲੀ ਜਿਹੜੀ ਹੈ ਆਪਣੇ ਸਾਥੀਆਂ ਨੂੰ ਵਿੱਚ ਪਾ ਕੇ ਘੱਟ ਰੇਟ ਦੇ ਉੱਪਰ ਬੋਲੀ ਦਿੱਤੀ ਗਈ ਤੇ ਘੱਟ ਰੇਟ ਦੇ ਵਿੱਚ ਹੀ ਇਹ ਪਲਾਟ ਖਰੀਦਿਆ ਗਿਆ ਫਰਜ਼ੀ ਬੋਲੀ ਦਾ ਵੀ ਇਸ ਤੇ ਉੱਪਰ ਦੋਸ਼ ਲਗਾਇਆ ਜਾ ਰਿਹਾ ਜਿਸ ਦੇ ਤਹਿਤ ਵਿਜੀਲੈਂਸ ਤੇ ਵੱਡੀ ਕਾਰਵਾਈ ਜਿਹੜੀ ਆ ਉਹ ਕਰ ਦਿੱਤੀ ਗਈ ਹੈ ਹਾਲਾਂਕਿ ਬੀਤੇ ਕੁਝ ਦਿਨ ਪਹਿਲਾਂ ਕੀ ਜਿਹੜੀ ਮਨਪ੍ਰੀਤ ਸਿੰਘ ਬਾਦਲ ਹੁਣਾ ਦੇ ਵੱਲੋਂ ਇੱਕ ਗਾਉਂ ਜ਼ਮਾਨਤ ਵੀ ਲਗਾਈ ਜਾਂਦੀ ਆ ਪਰ ਉਸਤੇ ਵੀ ਜਾਚ ਕਾਜੇ ਦਾਖਲ ਹੈ ਦਾਇਰ ਕੀਤੀ ਗਈ ਸੀ ਪਰ ਉਸ ਤੋਂ ਪਹਿਲਾਂ ਹੀ ਵਿਜੀਲੈਂਸ ਤੇ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਉਹੀ ਨੇ ਜਿਹੜੇ ਦੱਸਿਆ ਜਾ ਰਿਹਾ ਹੈ ਕਿ ਸਾਬਕਾ ਵਿੱਤ ਮੰਤਰੀ ਮਨਪ੍ਰੀਤ ਬਾਦਲ ਹੁਣਾ ਦੇ ਨਾਲ ਸ਼ਾਮਿਲ ਸੀਗੇ ਜਿਨ੍ਹਾਂ ਨੂੰ ਵਿੱਚ ਪਾ ਕੇ ਫਰਜੀ ਬੋਲੀ ਦਵਾਈ ਗਈ ਔਰ ਘੱਟ ਬੋਲੀ ਤੇ ਪਲੋਟ ਜਿਹੜਾ ਉਹ ਖਰੀਦ ਦੀ ਪਲੋਟ ਦੀ ਖਰੀਦਦਾਰੀ ਕਰ ਲਈ ਔਰ ਉਸ ਦੇ ਉੱਪਰ ਆਪਣਾ ਘਰ ਬਣਾਇਆ ਜਾ ਰਿਹਾ ਤਾਂ ਰਾਜੀਵ ਕੁਮਾਰ ਇਹ ਵੀ ਪਲੋਟ ਦੀ ਬੋਲੀ ਦੇਣ ਵਾਲੇ ਸੀਗੇ ਜਿਨ੍ਹਾਂ ਨੂੰ ਵਿਜੀਲੈਂਸ ਤੇ ਗ੍ਰਿਫਤਾਰ ਕਰ ਲਿਆ ਵਿਕਾਸ ਕੁਮਾਰ ਤੇ ਅਮਨਦੀਪੇ ਦੋਨੋਂ ਵੀ ਗ੍ਰਿਫਤਾਰੀ ਹੋ ਚੁੱਕੀ ਹੈ ਔਰ ਇਸ ਦੇ ਵਿੱਚ ਇੱਕ ਪੀਸੀਐਸ ਅਧਿਕਾਰੀ ਵੀ ਸ਼ਾਮਿਲ ਨੇ ਪੁੱਡਾ ਦੇ ਵਿਕਰਮਜੀਤ ਸਿੰਘ ਸ਼ੇਰਗਿਲ ਬੀਡੀਏ ਦੇ ਤਤਕਾਲੀ ਪ੍ਰਸ਼ਾਸਕ ਨੇ ਜਿਨ੍ਹਾਂ ਦੇ ਉੱਪਰ ਐਫਆਈਆਰ ਦਰਜ ਹੋਈ ਹੈ ਤੇ ਪੰਕਜ ਕਾਲੀਆ ਬੀਡੀਏ ਦੇ ਸੁਪਰਡੈਂਟ ਸੀਗੇ ਉਹਨਾਂ ਦੇ ਉੱਪਰ ਵੀ ਐਫਆਈਆਰ ਦਰਜ ਕਰ ਦਿੱਤੀ ਹੈ ਬਟਿੰਡਾ ਦੀਏ ਦੱਸਦੇ ਜਾ ਰਹੇ ਹਾਂ ਕਿ ਜ਼ਮੀਨ ਸੀਗੀ ਜ਼ਮੀਨ ਦਾ ਇਹ ਸਾਰਾ ਮਾਮਲਾ ਹੈ ਉਸੇ ਦੇ ਤਹਿਤ ਹੀ ਵਿਜੀਲੈਂਸ ਨੇ ਕਾਰਵਾਈ ਕਰ ਦਿੱਤੀ ਗਈ ਹਾਲਾਂਕਿ ਇਹਨਾਂ ਨੂੰ ਦਫ਼ਤਰ ਵੀ ਬੁਲਾਇਆ ਗਿਆ ਸੀ ਪਹਿਲਾਂ ਵੀ ਇਹਨਾਂ ਦੇ ਕੋਲੋਂ ਪੁਸ਼ਗੇ ਜਿਹੜੀ ਵਿਜੀਲੈਂਸ ਉਹ ਕਰਦੀ ਰਹੀ ਹੈ ਤਾਂ ਹੁਣ ਵਿਜੀਲੈਂਸ ਨੇ ਇਹ ਵੱਡੀ ਕਾਰਵਾਈ ਕਰ ਦਿੱਤੀ ਹੈ ਸਾਬਕਾ ਮੰਤਰੀ ਸਣੇ 6 ਲੋਕਾਂ ਤੇ ਐਫਆਈਆਰ ਦਰਜ ਕਰ ਦਿੱਤੀ ਹੈ ਪਲਾਟ ਖਰੀਦੋ ਫਰੋਕਤ ਦਾ ਮਾਮਲਾ ਹੈ ਵਿਜੀਲੈਂਸ ਨੇ ਤਿੰਨ ਲੋਕਾਂ ਨੂੰ ਗ੍ਰਿਫਤਾਰ ਕਰ ਲਿਆ ਮਾਡਲ ਟਾਊਨ ਚ ਜ਼ਮੀਨ ਖਰੀਦਣ ਦਾ ਮਾਮਲਾ ਸੀਗਾ ਆਪਣੇ ਸਾਥੀਆਂ ਨੂੰ ਵਿੱਚ ਪਾ ਕੇ ਘੱਟ ਬੋਲੀ ਤੇ ਦੱਸਿਆ ਜਾ ਰਿਹਾ ਹੈ ਕਿ ਜ਼ਮੀਨ ਖਰੀਦੀ ਗਈ ਸੀ ਫਰਜ਼ੀ ਬੋਲੀ ਦੇ ਕੇ ਤਾਂ ਇਹ ਵੱਡੀ ਕਾਰਵਾਈ ਹੈ ਵਿਜੀਲੈਂਸ ਵਿਭਾਗ ਦੇ ਵੱਲੋਂ ਵੱਡੀ ਕਾਰਵਾਈ ਕਰ ਦਿੱਤੀ ਗਈ ਹੈ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਪਹਿਲਾਂ ਵੀ ਇਹੀ ਕਹਿੰਦੇ ਨਜ਼ਰ ਆਇਆ ਨੇ ਕਿ ਵਿਜੀਲੈਂਸ ਨੂੰ ਪੂਰੀ ਖੁੱਲ੍ਹ ਦਿੱਤੀ ਹੋਈ ਹੈ ਜਿੰਨੇ ਵੀ ਕਿਸੇ ਵੀ ਤਰੀਕੇ ਦਾ ਕੋਈ ਵੀ ਘਪਲਾ ਕੀਤਾ ਹੋਇਆ ਕਿਸੇ ਵੀ ਤਰੀਕੇ ਦੀ ਕੋਈ ਵੀ ਗਲਤੀ ਨਿਕਲ ਕੇ ਸਾਹਮਣੇ ਆਉਂਦੀ ਹੈ ਚਾਹੇ ਉਹ ਆਮ ਆਦਮੀ ਪਾਰਟੀ ਦਾ ਲੀਡਰ ਹੋਵੇ ਚਾਹੇ ਉਹ ਫਿਰ ਬੀਜੇਪੀ ਦਾ ਲੀਡਰ ਕਿਉਂ ਨਾ ਹੋਵੇ ਔਰ ਚਾਹੇ ਕਾਂਗਰਸ ਦਾ ਲੀਡਰ ਕਿਉਂ ਨਾ ਹੋਵੇ ਹਰੇਕ ਦੇ ਉੱਪਰ ਕਾਰਵਾਈ ਜਿਹੜੀ ਹੈ ਉਹ ਨਿਰਪੱਖ ਤਰੀਕੇ ਦੇ ਨਾਲ ਕੀਤੀ ਜਾਵੇਗੀ ਤਾਂ ਇਹੀ ਕੁਝ ਹੋਇਆ ਐਫ ਆਈ ਆਰ ਦਰਜ ਕਰ ਦਿੱਤੀ ਗਈ ਆ bizness ਦੇ ਵੱਲੋਂ ਪਲਾਟ ਖਰੀਦੋ ਫਰੋਕਤ ਦਾ ਮਾਮਲਾ ਸੀਗਾ ਜਿਸ ਦੇ ਵਿੱਚ ਮਨਪ੍ਰੀਤ ਬਾਦਲ ਹੁਣਾਂ ਦਾ ਨਾਮ ਸਾਹਮਣੇ ਆਉਂਦਾ ਕਿਉਂਕਿ ਇਹਨਾਂ ਦੇ ਵੱਲੋਂ ਉੱਥੇ ਕੋਠੀ ਬਣਾਈ ਜਾਣੀ ਸੀ ਦੱਸਿਆ ਜਾ ਰਿਹਾ ਕਿ ਨੀਹਾਂ ਵੀ ਪੜ ਦਿੱਤੀਆਂ ਗਈਆਂ ਨੇ ਪਰ ਇੱਕ ਵਿਅਕਤੀ ਦੇ ਵੱਲੋਂ ਸ਼ਿਕਾਇਤ ਦਰਜ ਕਰਵਾਈ ਜਾਂਦੀ ਹੈ ਉਸੇ ਆਧਾਰ ਤੇ ਹੀ ਵਿਜੀਲੈਂਸ ਨੇ ਇਹ ਵੱਡੀ ਕਾਰਵਾਈ ਜਿਹੜੀ ਆ ਉਹ ਕਰ ਦਿੱਤੀ ਹੈ ਤਾਂ